ਧੀਮੀ ਕਹਾਣੀ। ਯਿਸੂ 5000 ਲੋਕਾਂ ਜੋ ਖਾਣਾ ਖਵਾਉਂਦਾ ਹੈ। ਇਸਮੇ ਆਪਣੇ ਪ੍ਰੇਰਿਤਾਂ ਜੋ ਪ੍ਰਚਾਰ ਕਰਨੇ ਕਨੇ ਲੋਕਾਂ ਜੋ ਸਿੱਖਿਆ ਦੇਣੇ ਤਾਈਂ ਮਤੇ ਸਾਰੇ ਅਲੱਗ ਅਲੱਗ ਗ੍ਰਾਂ 'ਚ ਘੱਲਿਆ। ਜਲੂ ਸਹਿ ਉੱਥੋਂ ਵਾਪਸ ਆਏ ਜਿੱਥੋਂ ਯਿਸੂ ਥਾ, ਤਾਂ ਤਿਨਾਂ ਤਿਸੀ ਦੱਸਿਆ ਕਿ ਤਿਨਾਂ ਕਿਆ ਕੀਤਾ ਥਾ। ਤਾਲੂ ਇਸਮੇ ਤਿਨਾਂ ਜੋ ਝੀਲਾਂ ਦੇ ਵੱਖੇ ਦੂਵੇਂ ਪਾਸੇ ਤਿਸਦੇ ਸੋਗੀ ਇੱਕ ਸ਼ਾਂਤ ਜਗ੍ਹਾ ਪਰ ਜਾਈ ਕਰੀ ਕੁਛ ਵਕਤੇ ਤਿਕਰ ਆਰਾਮ ਕਰਨੇ ਤਾਈਂ ਸੱਦੇ। ਪਰ ਸਹਿ ਇੱਕ ਕਿਸ਼ਤੀਆਂ ਪਰ ਚੜ੍ਹੀ ਗਏ ਕਨੇ ਝੀਲਾਂ ਦੇ ਦੂਏ ਪਾਸੇ ਚਲੀ ਗਏ। ਅਪਰ ਉੱਥੋਂ ਮਤੇ ਸਾਰੇ ਇਹਦੇ ਲੋਕ ਥੇ ਜਿਨ੍ਹਾਂ ਯਿਸੂ ਕਨੇ ਚੇਲਿਆਂ ਜੋ ਕਿਸ਼ਤੀਏ 'ਚ ਜਾਂਦੇ ਦਿਖਿਆ ਥਾ। ਇਹ ਲੋਕ ਤਿਨਾਂ ਤੇ ਗਾਂ ਝੀਲਾਂ ਦੇ ਦੂਵੇਂ ਪਾਸੇ ਜਾਣੇ ਤਾਈਂ ਝੀਲਾਂ ਦੇ ਵੱਖੇ ਵੱਖੇ ਨਸੇ। ਪਰ ਜਲੂ ਯਿਸੂ ਕਨੇ ਚੇਲੇ ਪੁੱਜੇ ਤਾਂ ਲੋਕਾਂ ਦੀ ਇੱਕ ਵੱਡੀ ਭੀੜ ਜਿਸੇ ਨਿਹਾਲਦੇ ਹੋਏ ਉੱਥੋਂ ਪਹਿਲੇ ਤੇ ਥੀ। ਇਸਾਂ ਭੀੜਾਂ 'ਚ ਜਣਾਸਾਂ ਕਨੇ ਬੱਚਿਆਂ ਦੀ ਇਹ ਗਿਣਤੀ ਦੇ ਬਗੈਰ 5000 ਤੇ ਮਤੇ ਮਾਣੂ ਥੇ। ਇਸਮੇ ਤਿਨਾਂ ਲੋਕਾਂ ਪਰ ਬੜਾ ਤਰਸ ਖਾਧਾ। ਇਸਵੇ ਤਾਈਂ ਸਹਿ ਲੋਕ ਬਗੈਰ ਚਰਵਾਏ ਦੀਆਂ ਬੇਡਾਂ ਦੇ ਬਰਾਬਰ ਥੇ। ਇਸ ਤਾਈਂ ਤਿੰਨੀ ਤਿਨਾਂ ਜੋ ਸਿੱਖਿਆ ਦਿੱਤੀ ਕਨੇ ਤਿਨਾਂ ਦੇ ਵਿੱਚ ਲੋਕ ਬਿਮਾਰ ਥੇ ਤਿਨਾਂ ਜੋ ਖਰਾ ਕੀਤਾ। ਦਿਨੇ ਦੇ ਆਖਰੀ 'ਚ ਚੇਲਿਆਂ ਇਸਵੇ ਜੋ ਗਲਾਇਆ ਹੁਣ ਦੇਰੀ ਹੋਈ ਗਈ ਓ ਹੈ ਕਨੇ ਅੱਖੇ ਬੱਖੇ ਕੋਈ ਸੈਰ ਨਹੀਂ ਹੈ। ਇਹਨਾਂ ਲੋਕਾਂ ਜੋ ਵਿਦਾ ਕਰ ਤਾਂ ਕਿ ਸਹਿ ਜਾਈ ਕਰੀ ਖਾਣੇ ਤਾਈਂ ਕੁਛ ਲਈ ਆਉਣ। ਅਪਰ ਇਸਮੇ ਚੇਲਿਆਂ ਜੋ ਗਲਾਇਆ ਤੁਹਾਂ ਤਿਨਾਂ ਜੋ ਕੁਛ ਖਾਣੇ ਤਾਈਂ ਦਿਆ। ਤਿਨਾਂ ਜਵਾਬ ਦਿੱਤਾ ਆਹਾਂ ਇਹਦੀਆਂ ਕਿਹਾਂ ਕਰੀ ਸਕਦੇ ਹਨ, ਆਹਾਂ ਅੱਲੀ ਸਿਰਫ 5 ਰੋਟੀਆਂ ਕਨੇ 2 ਮੱਛਲੀਆਂ ਹਨ। ਇਸਮੇ ਆਪਣੇ ਚੇਲਿਆਂ ਜੋ ਗਲਾਇਆ ਕਿ ਸਹਿ ਭੀੜਾਂ ਦੇ ਲੋਕਾਂ ਜੋ ਖਾਏ ਪਰ 50-50 ਦੇ ਝੁੰਡਾਂ 'ਚ ਬੈਠਣੇ ਗਲਾਨ। ਤਾਲੂ ਇਸਮੇ 5 ਰੋਟੀਆਂ ਕਨੇ 2 ਮੱਛੀਆਂ ਜੋ ਲਈ ਕਰੀ ਸਵਰਗੇ ਦੇ ਪਾਸੇ ਦੇਖਿਆ ਕਨੇ ਤਿਸ ਖਾਣੇ ਤਾਈਂ ਪਰਮਾਤਮੇ ਜੋ ਧੰਨਵਾਦ ਦਿੱਤਾ। ਫਿਰ ਇਸਮੇ ਰੋਟੀ ਕਨੇ ਮੱਛੀਆਂ ਜੋ ਟੁਕੜੇ 'ਚ ਤੋੜਿਆ ਤਿੰਨੀ ਲੋਕਾਂ ਜੋ ਦੇਣੇ ਤਾਈਂ ਆਪਣੇ ਚੇਲਿਆਂ ਜੋ ਸਹਿ ਟੁਕੜੇ ਦਿੱਤੇ। ਚੇਲੇ ਤਿਸ ਖਾਣੇ ਜੋ ਬਣਦੇ ਰਹਿ ਕਨੇ ਸਹਿ ਕਦੀ ਨਹੀਂ ਖਤਮ ਹੋਇਆ। ਸਹਿ ਸਾਰੇ ਲੋਕ ਖਾਈ ਕਰ ਰੱਜੀ ਗਏ। ਇਸ ਦੇ ਬਾਅਦ ਚੇਲੇ ਤਿਸ ਖਾਣੇ ਜੋ ਕਿੱਠਾ ਕੀਤਾ ਜਿਸੀ ਉਹ ਖਾਧਿਆ ਨਹੀਂ ਗਿਆ ਥਾ ਕਨੇ ਸਹਿ 12 ਟੋਕਰੀਆਂ ਜੋ ਭਰਨੇ ਤਾਈਂ ਥਾ। ਸਹਿ ਸਾਰਾ ਖਾਣਾ ਤਿਨਾਂ 5 ਰੋਟੀਆਂ ਕਨੇ 2 ਮੱਛੀਆਂ ਤੇ ਆਇਆ ਥਾ।